ਹੰਗਾਮੇ ਦੀਆਂ ਇਹ ਤਸਵੀਰਾਂ ਇੱਕ ਸਕੂਲ ਦੀਆਂ ਨੇ ਜਿੱਥੇ ਬੱਚਿਆਂ ਵਿਚਾਲੇ ਖੂਨੀ ਝੜਪ ਹੋਈ ਹੈ। ਸਕੂਲ ਦੀ ਵਰਦੀ ਦੇ ਵਿੱਚ ਇਹ ਬੱਚੇ ਨੇ ਤੇ ਹੱਥਾਂ ਦੇ ਵਿੱਚ ਹਥਿਆਰ ਨੇ, ਇੱਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਰਹੇ ਨੇ, ਜਿਸ ਦੀ ਇਹ ਵੀਡੀਓ ਸਾਹਮਣੇ ਆਈ ਹੈ। ਸਕੂਲ ਦੇ ਹੀ ਗਰਾਊਂਡ ਦੇ ਵਿੱਚ ਇਹ ਬੱਚੇ ਇੱਕ ਦੂਜੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਨਜ਼ਰ ਆਏ ਨੇ, ਜਿਸ ਨੂੰ ਲੈ ਕੇ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੋਏ ਨੇ ਕਿ ਆਖਿਰ ਸਕੂਲ ਦੇ ਵਿੱਚ ਬੱਚੇ ਹਥਿਆਰ ਕਿਵੇਂ ਲੈ ਕੇ ਆ ਸਕਦੇ ਨੇ। ਇੱਥੇ ਕੁਝ ਬੱਚਿਆਂ ਦੇ ਵੱਲੋਂ ਹੀ ਇੱਕ ਵਿਦਿਆਰਥੀ ਦੇ ਉੱਤੇ ਹਮਲਾ ਕੀਤਾ ਗਿਆ ਹੈ ਤੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਤਸਵੀਰਾਂ ਦੇ ਵਿੱਚ ਵੀ ਨਜ਼ਰ ਆਇਆ ਹੈ ਕਿ ਇੱਕ ਵਿਦਿਆਰਥੀ ਨੂੰ ਕੁਝ ਹੋਰ ਵਿਦਿਆਰਥੀ ਘੇਰ ਕੇ ਖੜੇ ਨੇ, ਪਹਿਲਾਂ ਤਾਂ ਉਸਦੀ ਕੁੱਟਮਾਰ ਕਰਦੇ ਨੇ ਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰਦੇ ਨੇ। ਜਾਨ ਬਚਾਉਣ ਦੇ ਲਈ ਉਹ ਵਿਦਿਆਰਥੀ ਭੱਜਦਾ ਹੈ ਤਾਂ ਹਥਿਆਰ ਲੈ ਕੇ ਉਸਦੇ ਮਗਰ ਹੀ ਭੱਜਦੇ ਨੇ। ਵੱਡੀ ਗਿਣਤੀ ਦੇ ਵਿੱਚ ਇੱਥੇ ਵਿਦਿਆਰਥੀ ਸਨ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਰੋਕਿਆ ਵੀ ਜਾਂਦਾ ਹੈ। ਉਧਰੀ ਜ਼ਖਮੀ ਹੋਏ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਨੇ ਕਿ ਆਖਿਰ ਬੱਚਿਆਂ ਦੀ ਸੁਰੱਖਿਆ ਕਿਸ ਦੇ ਹੱਥ ਵਿੱਚ ਹੈ। ਦੂਜੇ ਪਾਸੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਬੱਚੇ ਉਹਨਾਂ ਦੇ ਸਕੂਲ ਦੇ ਨਹੀਂ ਹੈ। ਵਿਦਿਆਰਥੀ ਜਿਸ ਦੀ ਕੁੱਟਮਾਰ ਹੋਈ ਉਹ ਜ਼ਰੂਰ ਉਹਨਾਂ ਦੇ ਸਕੂਲ ਦਾ ਹੈ, ਪਰ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਨਹੀਂ ਹੈ ਅਤੇ ਇਹ ਲੜਾਈ ਵੀ ਸਕੂਲ ਦੇ ਬਾਹਰ ਹੋਈ ਹੈ। ਉਧਰ ਜ਼ਖਮੀ ਵਿਦਿਆਰਥੀ ਦੇ ਪਿਤਾ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਇੱਥੇ ਸਕੂਲ ਦੇ ਵਿੱਚ ਛੁੱਟੀ ਟਾਈਮ ਤੇ ਇੱਕ PCI ਟੀਮ ਜ਼ਰੂਰ ਹੋਣੀ ਚਾਹੀਦੀ ਹੈ। ਦੂਜੇ ਪਾਸੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਕੂਲ ਦੀ ਹੈ, ਪ੍ਰਿੰਸੀਪਲ ਦੀ ਹੈ। ਇਹ ਤਸਵੀਰਾਂ ਲੁਧਿਆਣੇ ਦੇ PAU ਸਕੂਲ ਦੀਆਂ ਨੇ ਜਿੱਥੇ ਬੱਚਿਆਂ ਵਿਚਾਲੇ ਹੀ ਇੱਕ ਖੂਨੀ ਝੜਪ ਹੋਈ ਹੈ। ਜਮ ਕੇ ਸ਼ਰਿਆਮ ਤਲਵਾਰਾਂ ਚੱਲੀਆਂ ਨੇ, ਇੱਕ ਵਿਦਿਆਰਥੀ ਜ਼ਖਮੀ ਹੋਇਆ ਹੈ ਤੇ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ। ਮੇਰਾ ਨਾਮ ਜੇਕਬ ਰਾਹੀ ਜੀ। ਸਰ ਪਿਛਲੇ ਮੰਡੇ ਨੂੰ ਮੇਰੇ ਬੱਚਾ ਪੜ੍ਹਦਾ ਜੀ ਸਕੂਲ ਦੇ ਵਿੱਚ, ਅਤੇ ਕੁਛ ਲੜਕਿਆਂ ਨੇ ਮਿਲ ਕੇ ਉੱਤੇ ਹਮਲਾ ਕੀਤਾ ਤੇਜ਼ ਤੇ ਹਥਿਆਰ ਨਾਲ ਜੀ। ਸੋ ਇਹ ਨਹੀਂ ਹੋਣਾ ਚਾਹੀਦਾ ਸੀ। ਚਲੋ ਜੋ ਵੀ ਮਾੜੀ ਮੋਟੀ ਸਲਾਹ ਹੈ ਜੀ, ਲੜਾਈ ਝਗੜਾ ਪ੍ਰਿੰਸੀਪਲ ਕੋਲ ਜਾ ਕੇ ਆਪਣਾ ਸੋਲਵ ਕਰਨਾ ਚਾਹੀਦਾ, ਬਜਾਏ ਇਸਦੇ ਕਿ ਗਰੁੱਪਬਾਜ਼ੀ। ਇਹ ਅੱਛੀ ਗੱਲ ਨਹੀਂ ਹੈ, ਮੇਰੇ ਬੇਟੇ 'ਤੇ ਹਮਲਾ ਹੋਇਆ ਜੀ ਅਤੇ ਉੱਥੇ ਇਹ ਵੀਡੀਓ ਕਲਿੱਪ ਜਿੱਦ ਦੇਖਿਆ ਗਿਆ ਜੀ, 6-7 ਲੜਕਿਆਂ ਨੇ ਉੱਤੇ ਹਮਲਾ ਕੀਤਾ ਜੀ, ਅਤੇ ਇੱਕ ਲੜਕਾ ਤੇਜ਼ ਹਥਿਆਰ ਮਾਰ ਰਿਹਾ ਜਿਹਦਾ ਨਾਮ ਹੈ ਚੰਦਨ ਨਾਮ ਦਾ ਲੜਕਾ ਜੀ, ਉਹਨੇ ਤੇਜ਼ ਹਥਿਆਰ ਉੱਤੇ ਇਸਤੇਮਾਲ ਕੀਤਾ ਜੀ। ਮੇ ਬੀ ਹੋ ਸਕਦਾ ਜੀ, ਇਸ ਗੱਲ ਦਾ ਤਾਂ ਪਤਾ ਨਹੀਂ, ਹੋ ਸਕਦਾ ਮਾੜੀ ਮੋਟੀ, ਪਰ ਇਹ ਮਤਲਬ ਵੀ ਮਾੜੀ ਮੋਟੀ ਲੜਾਈ ਨੂੰ ਤੁਸੀਂ ਤੇਜ਼ ਹਥਿਆਰਾਂ ਨਾਲ ਇਸਤੇਮਾਲ ਕਰੋ ਜਾਂ ਤੇਜ਼ ਹਥਿਆਰਾਂ ਨਾਲ ਨਿਪਟਾਓ। ਬੱਚਾ ਜਿਹੜਾ ਠੀਕ ਹੈ? ਹਾਂਜੀ ਬੱਚਾ ਠੀਕ ਹੈ, ਬੱਚੇ ਦੇ ਨਾਰਮਲ ਸੱਟ ਲੱਗੀ ਹੈ, ਕੋਈ ਜ਼ਿਆਦਾ ਨਹੀਂ ਲੱਗੀ। ਕਿਸ ਤਰ੍ਹਾਂ ਦੇਖਦੇ ਹੋ ਕਿ ਐਡਾ ਵੱਡਾ PAU ਕੈਂਪਸ ਹੈਗਾ ਤੇ ਉੱਥੇ ਹਥਿਆਰ ਲੈ ਕੇ ਆਣਾ? ਹਥਿਆਰ ਲਿਜਾਣਾ ਬਹੁਤ ਮਾੜੀ ਗੱਲ ਹੈ ਜੀ, ਖਾਸ ਕਰ ਸਕੂਲ ਦੇ ਵਿੱਚ ਵੀ, ਕਿਉਂਕਿ ਹਲੇ ਤੁਹਾਡੀ ਉਮਰ ਪੜ੍ਹਨ ਲਿਖਣ ਦੀ ਆ ਤੇ ਹਥਿਆਰਾਂ ਨਾਲ ਤੁਸੀਂ ਪੜ੍ਹਾਈ ਲਿਖਾਈ ਨਹੀਂ ਕਰ ਸਕਦੇ। ਇਸ ਕਰਕੇ ਸਰ ਵੀ ਇਹਨਾਂ ਨੂੰ ਸਕੂਲ ਨੂੰ ਵੀ ਬੱਚਿਆਂ ਤੇ ਖਿਆਲ ਰੱਖਣਾ ਚਾਹੀਦਾ ਜੀ ਥੋੜਾ। ਇਹਨਾਂ ਦੇ ਕੰਪਲੇਂਟ, ਹਾਂਜੀ ਪੁਲਿਸ 'ਚ ਵੀ ਕੰਪਲੇਂਟ ਹੋਈ ਸੀ ਤੇ ਬਾਕੀ ਦੇਖੋ ਕੀ ਫੈਸਲਾ ਹੁੰਦਾ ਜੀ। ਮੰਗ ਇਹੀ ਕਰਦੇ ਹਾਂ ਕਿ ਸਕੂਲਾਂ 'ਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ, ਬੱਚੇ ਪੜ੍ਹਨ ਆਉਂਦੇ ਆ ਤੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਆਪਣਾ, ਤੇ ਸਿਰਫ ਪੜ੍ਹਾਈ 'ਚ ਧਿਆਨ ਦੇਣਾ ਚਾਹੀਦਾ। ਸੋ ਇਹ ਬਹੁਤ ਮੰਦੀ ਹਰਕਤ ਹੋਈ ਹੈ ਜੀ, ਬਹੁਤ ਮਾੜੀ ਗੱਲ ਹੋਈ ਹੈ। ਹਾਂਜੀ ਸਾਡੇ ਨਾਲ ਹੋਇਆ ਜੀ, ਅਸੀਂ ਨਹੀਂ ਕਰਾਵਾਂਗੇ ਤੇ ਨਹੀਂ ਆਵਾਜ਼ ਉਠਾਵਾਂਗੇ ਤੇ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ, ਕਿਉਂਕਿ ਹਮਲਾ ਕਰਨ ਵਾਲਿਆਂ ਨੂੰ ਸ਼ਹਿ ਮਿਲਦੀ ਹੈ ਜੀ, ਵੀ ਹੁਣ ਤਾਂ ਸਾਡਾ ਕਿਸੇ ਨੇ ਕੁਛ ਕੀਤਾ ਨਹੀਂ, ਵੀ ਕੱਲ੍ਹ ਨੂੰ ਅਸੀਂ ਕਿਸੇ ਹੋਰ ਨਾਲ ਵੀ ਇਹ ਕੰਮ ਕਰ ਸਕਦੇ ਹਾਂ ਜੀ। ਸੋ ਇਸ ਕਰਕੇ ਸਕੂਲ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਅਲਾਰਮ ਲੱਗੇ ਲਾਏ ਜਾਣ ਗੇਟਾਂ ਦੇ, ਵੀ ਸਕੂਲ ਬੈਗ 'ਚ ਕੋਈ ਤਿਆਰ ਜਾਂ ਕੋਈ ਇੱਦਾਂ ਦੀ ਚੀਜ਼ ਨਾ ਆਵੇ। ਸਕੂਲ ਦੇ ਬਾਹਰ ਕੋਈ ਬੱਚੇ ਆਪਸ 'ਚ ਲੜੇ ਆ, ਪੇਰੈਂਟਸ ਆਏ ਸੀਗੇ ਅਤੇ ਮੈਂ ਡਿਸਿਪਲਿਨ ਕਮੇਟੀ ਨੂੰ ਉਹਨਾਂ ਦਾ ਮਾਮਲਾ ਹੈਂਡਓਵਰ ਕੀਤਾ ਹੋਇਆ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ।
ਪਰ ਲੜਾਈ ਤਾਂ ਸਕੂਲ ਦੇ ਬਾਹਰ ਹੋਈ ਹੈ। ਕਿਹੜੀ ਕਲਾਸ ਦਾ ਬੱਚਾ ਸੀ? ਮੈਂ ਅਜੇ ਇਨਵੈਸਟੀਗੇਟ ਕਰ ਰਹੀ ਹਾਂ, ਅਜੇ ਮੈਨੂੰ ਪਤਾ ਨਹੀਂ ਹੈਗਾ। ਪੇਰੈਂਟਸ ਆਏ ਜ਼ਰੂਰ ਹੈਗੇ, ਅਜੇ ਮੈਨੂੰ ਨਹੀਂ ਮਿਲੇ ਆ ਕੇ। ਬਟ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਕੁਝ ਬੱਚੇ ਸਕੂਲ ਦੀ ਵਰਦੀ ਦੇ ਵਿੱਚ ਵੀ ਹੈਗੇ ਨੇ, ਪਤਾ ਲੱਗਾ ਜੀ ਕੌਣ ਹੈ? ਨਹੀਂ, ਜਿਹੜੇ ਬਾਹਰ ਬੱਚੇ ਲੜੇ ਆ ਉਹਦੇ ਵਿੱਚ ਸ਼ਾਇਦ ਮੇਰੇ ਇੱਕ ਸਟੂਡੈਂਟ ਨੂੰ ਮਾਰਿਆ ਜ਼ਰੂਰ ਹੈਗਾ, ਪਰ ਜਿਹੜੇ ਲੜੇ ਬੱਚੇ ਆ ਉਹ ਸਾਡੇ ਸਕੂਲ ਦੇ ਨਹੀਂ ਹੈਗੇ। ਇਸ ਸੰਬੰਧ 'ਚ ਤੁਸੀਂ ਅੱਗੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂ ਸੰਬੰਧਿਤ ਮਹਿਕਮੇ ਨੂੰ ਸ਼ਿਕਾਇਤ? ਨਹੀਂ, ਮੈਂ ਪੁਲਿਸ ਨੂੰ ਹਜੇ ਕੋਈ ਸ਼ਿਕਾਇਤ ਨਹੀਂ ਦਿੱਤੀ, ਬਿਕੋਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਪਰ ਹਾਂ, ਪਹਿਲਾਂ ਇਹ ਕਿਹਾ ਜ਼ਰੂਰ ਹੋਇਆ ਕਿ ਛੁੱਟੀ ਦੇ ਟਾਈਮ 'ਤੇ ਸਾਨੂੰ PCR ਦੀ ਲੋੜ ਹੈ, ਕਿਉਂਕਿ ਆਊਟਸਾਈਡਰਸ ਜਿਹੜੇ ਆ ਕੇ ਕਈ ਵਾਰੀ ਬੱਚਿਆਂ ਨੂੰ ਮਾਰਦੇ ਆ। ਦੇਖੀਏ ਮੈਮ, ਦੋ ਦਿਨ ਪਹਿਲਾਂ ਦੀ ਵੀਡੀਓ, ਇਸ ਤੋਂ ਪਹਿਲਾਂ ਵੀ 4-5 ਵੀਡੀਓ ਜਿਹੜੀ ਆਈਆਂ ਨੇ, ਤੇ ਕੀ ਲੱਗਦਾ ਸੀ ਸਿਕਿਉਰਿਟੀ ਦੀ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ, ਕਿਉਂਕਿ ਇੰਨੇ ਮਾਮਲੇ ਆ ਰਹੇ ਬੱਚਿਆਂ ਦੀ, ਜਿੱਥੇ ਪੜ੍ਹਨ ਆਉਂਦੇ ਉੱਥੇ ਜਿਹੜੇ ਲੜਾਈਆਂ ਹੋਣਗੀਆਂ ਤਾਂ ਬੱਚਿਆਂ ਦੇ ਗਲਤ ਇੰਪ੍ਰੈਸ਼ਨ ਪੈਗੇ? ਹਾਂਜੀ, PAU ਸਿਕਿਉਰਿਟੀ ਦੇ ਨਾਲ ਵੀ ਗੱਲ ਹੋਈ ਹੈ, ਅਤੇ ਉਹਨਾਂ ਨੂੰ ਵੀ ਉਹਨਾਂ 'ਤੇ ਧਿਆਨ 'ਚ ਲਿਆਉਂਦਾ ਵੀ ਜਿਹੜੇ ਆਊਟਸਾਈਡਰਸ ਹੈ ਉਹ ਗੇਟਸ ਦੇ ਉੱਤੇ ਹੀ ਰੋਕ ਕੇ ਜਾਣ ਅਤੇ ਉਹ ਸਕੂਲ ਤੱਕ ਨਾ ਪਹੁੰਚਣ, ਕਿਉਂਕਿ ਸਕੂਲ ਦੀ ਛੁੱਟੀ ਤੋਂ ਬਾਅਦ ਹੁੰਦਾ ਜੋ ਹੁੰਦਾ। ਤਾਂ ਵਾਂਸ ਦਾ ਸਟੂਡੈਂਟਸ ਗੋ ਆਊਟਸਾਈਡ ਦਾ ਸਕੂਲ ਕੈਂਪਸ, ਤਾਂ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵਾ ਕਿ ਵੀ PAU ਕੈਂਪਸ ਦੇ ਵਿੱਚ ਬੱਚੇ ਜਿਹੜੇ ਆਊਟਸਾਈਡਰਸ ਨਾ ਆਉਣ। ਅਤੇ ਉਹਦੇ ਲਈ ਸਟੇਟ ਆਫਿਸਰ ਸਰ ਨਾਲ ਵੀ ਗੱਲ ਕੀਤੀ ਹੈ ਔਰ ਮੈਂ ਜ਼ਿਲ੍ਹਾ ਸਿੱਖਿਆ ਦਫ਼ਤਰ ਵੀ ਲਿਖ ਕੇ ਭੇਜਿਆ ਹੋਇਆ। ਜੀ, ਦੇਖਿਆ ਜਾਂਦਾ ਮੋਬਾਈਲ ਵੀ ਜਿਹੜੇ ਬੱਚਿਆਂ ਕੋਲੋਂ ਆਉਂਦੇ ਸੀ ਪਲੱਸ ਟੂ ਦੇ, ਜਿਵੇਂ ਵਾਇਰਲ ਜਿਹੜੀ ਵੀਡੀਓ ਹੈ ਉਹ ਵੀ ਕਹਿੰਦੇ ਬੱਚਿਆਂ 'ਚੋਂ ਹੀ ਕਿਸੇ ਨੇ ਵਾਇਰਲ ਕੀਤੀ, ਮੋਬਾਈਲ ਅਲਾਊ ਹੈ ਕਿ ਨਹੀਂ? ਸਕੂਲ ਦੇ ਵਿੱਚ ਮੋਬਾਈਲ ਫੋਨ ਅਲਾਊਡ ਨਹੀਂ ਹੈਗਾ ਔਰ ਲੜਾਈ ਸਕੂਲ ਦੇ ਵਿੱਚ ਹੋਈ ਵੀ ਨਹੀਂ ਹੈ। ਜੀ, ਤੋ ਹੁਣ ਜਿਵੇਂ ਕਿ ਦੇਖਿਆ ਗਿਆ ਕਿ ਜਿਹੜਾ ਮਾਮਲਾ ਹੋਇਆ, ਅਤੇ ਕੀ ਐਕਸ਼ਨ ਦਿੱਤਾ ਜਾਏਗਾ? ਇੱਕ ਵਾਰੀ ਪਤਾ ਲੱਗ ਜਾਏ ਕਿ ਸਕੂਲ ਦੇ ਬੱਚੇ ਦੀ ਕੀ ਇਨਵੋਲਵਮੈਂਟ ਹੈ, ਉਸ ਅਕੋਰਡਿੰਗ ਐਕਸ਼ਨ ਲਿਆ ਜਾਏਗਾ।